हेलो, मैं हाँ हरजीत सिंह शेरगिल। 21 अप्रैल 2022 नूं मोडेस्टो कैलिफोर्निया दे विच एक बहुत वड्डा ट्रेड मेला कह लो जां ट्रेड शो कह लो ओह करवाया जा रहा है, जिस दे विच पूरे कैलिफोर्निया तों रिटेलर हम हम आके पहुंच रहे हन। इहदे लई डिस्कशन करन लई मेरे नाल जुड़े हुए ने सरदार अमरपाल सिंह चट्टू ते आपका डायरेक्टर मिस्टर केवल कृष्ण जी। हुण आपां सारे नाल डिस्कशन करांगे भाई इस रीटेल मेले दे नाल जिहड़े आ दूसरे रीटेलर किदां लाभ हो जिहड़े आ ओह प्राप्त कर सकदे आ। हांजी भाजी अमरपाल सिंह जी, हाँ दिओ जी जानकारी। हाँ जी हाँ जी सत श्री अकाल हरजीत जी, सत श्री अकाल केवल कृष्ण जी। सत श्री अकाल जी। थैंक यू तुसी मैनूं इनवाइट कीता आपणे शो च। हरजीत जी, मैं तुहानूं थोड़ा ब्रीफली दस सकदा, इह जिस तरह आपका ने परफॉर्म करन जा रहे आ, सतिंदर सरताज जी आ रहे आ मोडेस्टो, सो इह बड़ा एंटरटेन शो होण जा रहा 21 अप्रैल नूं। सो इस शो ही नहीं है कला सतिंदर सरताज का, उसके नाल रीटेल रीटेल की वैल्यूज या रीटेल सारे आ रहे हैं उस शो से जिहड़े अपने आपका ना जुड़े हुए आ। सो ज़्यादा डिटेल सानू केवल कृष्ण जी देणगे कि किस तरह का शो हो जा रहा, तो किस तरह के अपना रीटेल की हैल्प कर सकते हैं, तो आप अगे बढ़ सकते हैं। सो केवल कृष्ण जी दसो जी ब्रीफली। थैंक यू जी, थैंक यू हरजीत जी, थैंक यू अमरपाल जी, ਤੁਹਾਡਾ ਤੁਸੀਂ ਮੈਨੂੰ ਇਸ ਬੁਲਾਇਆ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਮੈਂ ਇਹ ਕਹਿਣਾ ਚਾਹਾਂਗਾ ਸਰ ਜੀ ਕਿ ਇਹ ਸਾਰਾ ਜਿਹੜਾ ਉਪਰਾਲਾ ਹੈ, ਇਹ ਐਪਕਾ ਜਿਹੜੀ ਇੱਕ ਐਸੋਸੀਏਸ਼ਨ, ਨਾਨ ਪ੍ਰੋਫਿਟ ਐਸੋਸੀਏਸ਼ਨ ਹੈ, ਅਮਰੀਕਨ ਪੈਟਰੋਲੀਅਮ ਐਂਡ ਕਨਵੀਨੀਅੰਸ ਸਟੋਰ ਐਸੋਸੀਏਸ਼ਨ, ਜਿਹਦੇ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ 1400 ਵੱਧ ਕੇ ਮੈਂ ਰਿਟੇਲ ਮੈਂਬਰ ਹੈਗੇ ਆ। ਇਹ 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 ਸ਼ੋ ਕਰਵਾ ਰਹੇ ਹੈ, ਉਸ ਤੋਂ ਉਸ ਦਿਨ ਆਪਣੇ ਵੀਰਵਾਰ 21 ਅਪ੍ਰੈਲ ਜਿਹੜਾ ਪਹਿਲਾਂ ਇੱਕ ਟ੍ਰੇਡ ਸ਼ੋਅ ਕਰਵਾ ਰਹੇ ਹੈ ਸਵੇਰੇ 1 ਵਜੇ, ਦੁਪਹਿਰ 1 ਤੋਂ ਲੈ ਕੇ 6 ਵਜੇ ਤੱਕ, ਤੇ ਉਸ ਤੋਂ ਬਾਅਦ ਸਰਤਾਜ ਜੀ ਦਾ ਕਾਨਸਰਟ ਹੋਏਗਾ ਸ਼ਾਮੀ 7 ਤੋਂ 9 ਵਜੇ। ਜਿਹੜਾ ਟ੍ਰੇਡ ਸ਼ੋਅ ਹੈ ਭਾਜੀ, ਉਹ ਅਸੀਂ ਕਰਵਾਉਂਦੇ ਹਰ ਸਾਲ ਕਰਾਉਂਦੇ ਹਾਂ, ਉਹ ਅਸੀਂ ਕਰਵਾਉਂਦੇ ਹਾਂ ਆਪਣੇ ਰਿਟੇਲ ਮੈਂਬਰਾਂ ਦੇ ਵਾਸਤੇ, ਜਿੱਥੇ ਕਿ 90 ਤੋਂ ਜ਼ਿਆਦਾ ਵੈਂਡਰ ਆ ਰਹੇ ਹੈ, ਜਿਹਦੇ ਵਿੱਚ ਤੁਹਾਡੇ ਸਮਝ ਲਓ ਗਰੋਸਰੀ ਦੇ, ਟਬੈਕੋ ਦੇ ਡਿਸਟ੍ਰੀਬਿਊਟਰ ਲਾਈਕ ਕੋਰਮਾਰ, ਵੱਡੇ ਵੱਡੇ ਬੈਵਰੇਜ ਜਿਹੜੇ ਗਰੁੱਪ ਨੇ ਲਾਈਕ ਮੌਨਸਟਰ, ਕੋਕ, ਪੈਪਸੀ, ਬੀਅਰ, ਵਾਈਨ ਦੇ ਡਿਸਟ੍ਰੀਬਿਊਟਰ, ਕ੍ਰੈਡਿਟ ਕਾਰਡ ਕੰਪਨੀਆਂ ਦੇ, ਏਟੀਐਮ, ਬੈਂਕ, ਇੰਸ਼ੋਰੈਂਸ, ਕਿਉਂਕਿ ਲੋਕਾਂ ਨੂੰ ਇੰਸ਼ੋਰੈਂਸ ਦੀ ਬੜੀ ਲੋੜ ਪੈਂਦੀ ਹੈ, ਮੁਸ਼ਕਲਾਂ ਆਉਂਦੀਆਂ ਨੇ, ਅਕਾਊਂਟੈਂਟ, ਕ੍ਰੈਡਿਟ ਕਾਰਡ, ਤੇ ਉਹਦੇ ਨਾਲ ਨਾਲ ਜਿਹੜੇ ਜਿਹੜੇ ਦੇ ਆਪਣੇ ਗੈਸ ਸਟੇਸ਼ਨ ਹੈ ਉਹਨਾਂ ਦੇ ਵਾਸਤੇ, ਫਿਊਲ ਪੰਪ ਡਿਸਟ੍ਰੀਬਿਊਟਰਸ ਤੇ ਆਇਲ ਕੰਪਨੀਆਂ ਦੇ ਵੀ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਜਿਹੜੇ ਨਾ ਵੈਂਡਰ ਉੱਥੇ ਆ ਰਹੇ ਨੇ। ਸੋ ਉਹ ਲੋਕ ਉੱਥੇ ਆ ਕੇ ਉਸ ਸ਼ੋਅ ਨੂੰ ਦੇਖ ਕੇ ਉੱਥੋਂ ਦੀਆਂ ਸੇਮ ਡੇ ਦੀਆਂ ਜਿਹੜੀਆਂ ਡੀਲਸ ਉੱਥੇ ਮਿਲਦੀਆਂ ਨੇ ਜਾਂ ਆਪਣੇ ਨਵੇਂ ਪ੍ਰੋਡਕਟ ਜਾਂ ਸਰਵਿਸ ਦਿਖਾਉਂਦੇ ਨੇ, ਉਹਨਾਂ ਤੋਂ ਫਾਇਦਾ ਲੈ ਸਕਦੇ ਆ। ਹਾਂਜੀ, ਉਹ ਤਾਂ ਉਹ ਕੇਵਲ ਕ੍ਰਿਸ਼ੀ, ਉਹ ਤਾਂ ਠੀਕ ਹੈ ਜੀ, ਅਸੀਂ ਮੰਨ ਗਏ, ਅਸੀਂ ਆਪਾਂ ਪਹਿਲਾਂ ਵੀ ਸ਼ੋਅ ਤੁਹਾਡੇ ਦੇਖੇ ਆ, ਆਪਾਂ ਜੀ ਦੇ ਬਹੁਤ ਬਹੁਤ ਸਕਸੈਸਫੁਲ ਸ਼ੋਅ ਰਹੇ ਆ, ਰੀਟੇਲਰ ਨੇ ਕਾਫੀ ਬੈਨੀਫਿਟ ਲਿਆ ਆ ਤੇ ਆਪਣੀ ਕਮਿਊਨਿਟੀ ਨੇ ਉਹਦਾ ਬੈਨੀਫਿਟ ਲਿਆ। ਔਰ ਤੁਸੀਂ ਸਾਨੂੰ ਹੁਣ ਅੱਜ ਸ਼ੋਅ ਬਾਰੇ ਇਹ ਦੱਸੋ ਭਈ ਸਤਿੰਦਰ ਸਰਤਾਜ ਹੀ ਕਿਉਂ ਚੁਣਿਆ ਆਪਕਾ ਨੇ, ਕਿ ਸਤਿੰਦਰ ਸਰਤਾਜ ਜੀ ਤੋਂ ਆਪਾਂ ਉਹਨਾਂ ਦਾ ਸ਼ੋਅ ਕਰਾਈਏ ਤਾਂ ਕਮਿਊਨਿਟੀ ਨੂੰ ਉਹ ਸ਼ੋਅ ਦਿਖਾ ਲਈਏ, ਤਾਂ ਕਿਉਂ ਦਿਖਾ ਲਈਏ ਦੱਸੋ। ਇਹਦੀ ਇੱਕ ਬੜੀ ਵੱਡੀ ਵਜ੍ਹਾ ਭਾਜੀ ਇਹ ਹੈ ਕਿ ਜਿਹੜੇ ਸਾਡੇ ਆਮ ਜਿਹੜੇ ਜਿਹੜੇ ਆਮ ਜਿਹੜੇ ਸਾਡੇ ਜਿੰਨੇ ਰਿਟੇਲਰ ਹੈ ਨਾ, ਉਹ ਫੈਮਿਲੀ ਓਰੀਐਂਟਿਡ ਬੰਦੇ ਨੇ, ਇਸ ਕਰਕੇ ਆਪਣੇ ਸਰਤਾਜ ਭਾਜੀ ਜਿਹੜੇ ਨੇ ਉਹ ਸੂਫੀ ਸਿੰਗਰ ਨੇ, ਉਹ ਪੂਰੇ ਫੈਮਿਲੀਆਂ ਵਾਸਤੇ ਹੀ ਗਾਉਂਦੇ ਨੇ। ਤੁਸੀਂ ਹੁਣ ਤੁਸੀਂ ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਆ ਕਿ ਸਿੰਗਲ ਬੰਦੇ ਸਟੋਰ ਨਹੀਂ ਰਨ ਕਰ ਰਹੇ, ਨਹੀਂ 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 ਸਾਰੇ ਸਾਰੇ ਹੁੰਦੇ ਨੇ, ਮੇਰਾ ਮਤਲਬ ਜਿਹੜਾ ਆਪਣੇ ਨਹੀਂ ਹਾਂਜੀ ਹਾਂਜੀ ਤਬਕਾ ਦੂਸਰਾ ਫੈਮਿਲੀ ਤਰ੍ਹਾਂ ਫੈਮਿਲੀ ਓਰੀਐਂਟਿਡ ਇਹਨਾਂ ਦਾ ਸ਼ੋਅ ਹੁੰਦਾ ਹੈ, ਇਸ ਕਰਕੇ ਚੁਣਿਆ ਗਿਆ ਕਿ ਵੀ ਆਪਣੇ ਜਿਹੜੇ ਸਟੋਰ ਓਨਰਸ ਨੇ ਆਪਣੀ ਵਾਈਫ ਨੂੰ ਲੈ ਕੇ ਮਤਲਬ ਕੰਫਰਟੇਬਲੀ ਕਨਵੀਨੀਅੰਟਲੀ ਆ। ਕਈ ਸ਼ੋਅ ਹੁੰਦੇ ਨੇ ਭਾਈ ਜਿੱਥੇ ਲੋਕ ਡਰਦੇ ਆ ਬਈ ਕਿ ਮੈਂ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ, ਬੱਚਿਆਂ ਨੂੰ ਲੈ ਕੇ ਜਾਣਾ। ਬਿਲਕੁਲ ਬਿਲਕੁਲ ਹਾਂਜੀ ਭਾਜੀ, ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਆਪਣਾ ਇਹ ਸ਼ੋਅ ਜਿਹੜਾ ਰੀਟੇਲਰਾਂ ਲਈ ਹੋ ਰਿਹਾ, ਉਹਦੇ ਕੋਲ ਫਾਇਦਾ ਉਠਾ ਸਕਦੇ ਆ, ਜਿੱਦਾਂ ਤੁਸੀਂ ਇਹ ਮੈਨੂੰ ਦੱਸੋ ਰੀਟੇਲ ਇਹ ਟ੍ਰੇਡ ਸ਼ੋਅ ਦੇ ਵਿੱਚ ਸ਼ਾਮਲ ਹੋਣ ਲਈ ਆਪਕਾ ਦਾ ਮੈਂਬਰ ਬਣਨਾ ਜ਼ਰੂਰੀ ਆ? ਜੇ ਬੰਦਾ ਕੋਈ ਆਪਕਾ ਦਾ ਮੈਂਬਰ ਨਹੀਂ, ਉੱਥੇ ਆ ਕੇ ਮੈਂਬਰਸ਼ਿਪ ਲੈ ਲਵੇ, ਜੇ ਆਪਕਾ ਦਾ ਮੈਂਬਰ ਨਹੀਂ ਫੇਰ ਵੀ ਉਹ ਦਾਖਲ ਹੋ ਸਕਦਾ ਕਿ ਨਹੀਂ? ਹਾਂਜੀ ਦੇਖੋ ਜੀ, ਇਹ ਸ਼ੋਅ ਅਸੀਂ ਐਪਕਾ ਦੇ ਮੈਂਬਰਾਂ ਲਈ ਤੇ ਜਨਰਲ ਪਬਲਿਕ ਵਾਸਤੇ ਵੀ ਕਰਵਾ ਰਹੇ ਹਾਂ। ਜੇਕਰ ਉਹ ਐਪਕਾ ਦੇ ਮੈਂਬਰ ਬਣਨਾ ਚਾਹੁੰਦੇ ਨੇ, ਸ਼ੋਅ ਤੇ ਆ ਕੇ ਮੈਂਬਰ ਬਣ ਸਕਦੇ ਨੇ ਤੇ ਆਪਣਾ ਸ਼ੋਅ ਵੀ ਅਟੈਂਡ ਕਰ ਸਕਦੇ, ਨਹੀਂ ਤੇ ਜਨਰਲ ਪਬਲਿਕ ਵੀ ਸ਼ੋਅ ਤੇ ਜਾ ਕੇ ਉਹਨੂੰ ਅਟੈਂਡ ਕਰ ਸਕਦੀ, ਦੇਖ ਸਕਦੇ। ਹਾਂਜੀ ਠੀਕ ਠੀਕ ਹੈ ਭਾਜੀ। ਦੂਸਰਾ ਭਾਜੀ, ਜਿਸ ਤਰ੍ਹਾਂ ਆਪਣਾ ਆਪਕਾ ਦੇ ਜਿਹਦਾ ਪਹਿਲਾ ਚੈਪਟਰ ਇੱਕ ਚੈਪਟਰ ਤੋਂ ਸਟਾਰਟ ਹੋਈ ਸੀ ਆਪਾਂ ਬੇ ਏਰੀਆ ਤੋਂ, ਹੁਣ ਤੁਸੀਂ ਦੱਸੋ ਜਿਹਦਾ
ਇਹਨਾਂ ਦੇ ਆਪਣੇ ਚੈਪਟਰਸ ਤੁਸੀਂ ਐਡ ਆਨ ਕਾਫੀ ਕੀਤੇ ਆ ਇਧਰ ਸਾਨੂੰ ਪਤਾ ਜਿੱਦਾਂ ਬੈਲੀ ਹੋ ਗਈ ਬੇ ਏਰੀਆ ਹੋ ਗਿਆ ਆਪਣਾ ਸੈਕਰਾਮੈਂਟੋ ਏਰੀਆ ਹੋ ਗਿਆ ਸੋ ਹੁਣ ਆਪਣੇ ਕਿੰਨੇ ਚੈਪਟਰ ਹੋ ਗਏ ਤਾਂ ਆਪਣੇ ਕਿੰਨੇ ਮੈਂਬਰ ਆ ਜੇ ਹੋਰ ਜੇ ਤੁਸੀਂ ਦੱਸ ਸਕਦੇ ਆ ਤਾਂ ਹਾਂਜੀ ਭਾਜੀ ਬਿਲਕੁਲ ਇਸ ਵੇਲੇ ਸਰ ਅਸੀਂ ਇੱਕ ਚੈਪਟਰ ਤੋਂ ਸ਼ੁਰੂ ਕੀਤਾ ਸੀ ਪਰ ਇਸ ਵੇਲੇ 8 ਚੈਪਟਰ ਨੇ ਨਾਰਥ ਕੈਲੀਫੋਰਨੀਆ ਰਾਈਟ ਫਰੋਮ ਸੈਂਟਾ ਰੋਜ਼ਾ ਦੀ ਏਰੀਆ ਤੋਂ ਲੈ ਕੇ ਤੇ ਸੈਨ ਡੀਏਗੋ ਤੱਕ ਵਿਦੇ ਵਿੱਚ ਤੁਹਾਡੇ ਸਾਰੇ ਸੈਂਟਰਲ ਵੈਲੀ ਸੈਕਰਾਮੈਂਟੋ ਨਾਰਥ ਵੇ ਬੇ ਏਰੀਆ ਫ੍ਰੈਸ਼ ਆਪਣਾ ਫ੍ਰੈਸ਼ਨੋ ਬੇਕਰਸਫੀਲਡ ਲਾਸ ਏਂਜਲਸ ਔਰ ਸੈਨ ਡੀਏਗੋ ਤੱਕ ਸਾਡੇ ਚੈਪਟਰ ਨੇ 4 ਚੈਪਟਰ ਬਾਕੀ ਨੇ ਜਿਹਦੇ ਉਹ ਅਸੀਂ ਉਹਨਾਂ ਵਿੱਚੋਂ 2 ਚੈਪਟਰ ਅਸੀਂ ਇਸ ਵਾਰੀ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਹਦੇ ਨਾਲ ਨਾਲ ਭਾਜੀ ਅਸੀਂ ਆਊਟ ਆਫ ਕੈਲੀਫੋਰਨੀਆ ਸਟੇਟ ਵੀ ਫੀਨਿਕਸ ਐਰੀਜ਼ੋਨਾ ਮੈਨੂੰ ਉਹ ਬਹੁਤ ਵੱਡਾ ਸ਼ੋਅ ਸੀਗਾ ਤੇ ਮੈਨੂੰ ਲੱਗਦਾ ਇਹ ਵਾਲਾ ਸ਼ੋਅ ਤਾਂ ਐਤਕੀ ਉਸ ਤੋਂ ਵੀ ਵੱਡਾ ਹੋਣ ਜਾ ਰਿਹਾ ਕਿਉਂਕਿ ਅਸੀਂ ਉਹ ਸਾਰੇ ਕਹਿ ਰਹੇ ਤੁਸੀਂ ਆਪਾਂ ਤਾਂ ਜਾ ਰਹੇ ਹਾਂ ਅਸੀਂ ਬਿਲਕੁਲ ਜਾ ਰਹੇ ਸਾਡਾ ਸ਼ੋਅ ਆਪਾਂ ਤਾਂ ਕਿਉਂ ਨੀ ਜਾ ਰਹੇ ਜੀ ਮੈਂ ਮੈਨੂੰ ਬੜੀ ਖੁਸ਼ੀ ਹੈ ਤੁਹਾਨੂੰ ਦੱਸਦਿਆਂ ਅਮਰਪਾਲ ਜੀ ਹਰਜੀਤ ਜੀ ਕਿ ਆਹ ਜਿਹੜਾ ਸ਼ੋਅ ਹੈ ਇਸ ਵੇਲੇ ਐਪਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਸ਼ੋਅ ਹੈ ਸਭ ਤੋਂ ਵੱਡਾ ਸ਼ੋਅ ਹੈ ਔਰ ਬਸ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਬਈ ਹੋਮ ਆ ਕੇ ਪਹੁੰਚੋ ਸ਼ੋਅ ਦੀ ਵੀ ਸ਼ੋਭਾ ਬਣਾਓ ਤੇ ਨਾਲ ਤੁਹਾਡੇ ਮਨੋਰੰਜਨ ਦੇ ਲਈ ਜਿਹੜੇ ਸਰਤਾਜ ਜੀ ਦਾ ਰਾਹ ਸ਼ਾਮ ਨੂੰ 7-9 ਵਜੇ 7 ਤੋਂ ਲੈ ਕੇ 9 ਵਜੇ ਤੱਕ ਗੈਲੋ ਸੈਂਟਰ ਮੈਡੈਸਟਾ ਦੇ ਵਿੱਚ ਜਿਹੜਾ ਸ਼ੋਅ ਰੱਖਿਆ ਗਿਆ ਹੈ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿਉਂਕਿ ਸ਼ੋਅ ਆਪਣਾ ਜਿਹੜਾ ਆ ਉਹ 1 ਵਜੇ ਸਟਾਰਟ ਹੋ ਜਾਣਾ ਰਾਤ ਤੱਕ ਚੱਲਣਾ ਔਰ ਜਿਹੜਾ ਆਪਾਂ ਨੂੰ ਪੰਜਾਬੀਆਂ ਨੂੰ ਖਾਣ ਪੀਣ ਦਾ ਸ਼ੌਂਕ ਆ ਵੀ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਕਿ ਨਹੀਂ ਰੱਖਿਆ ਹਾਂਜੀ ਸਾਡੇ ਸ਼ੋਅ ਦੇ ਉੱਤੇ ਟ੍ਰੇਡ ਸ਼ੋਅ ਤੇ ਭਾਜੀ 1 ਤੋਂ ਲੈ ਕੇ 6 ਵਜੇ ਤੱਕ ਖਾਣਾ ਪੂਰਾ ਫ੍ਰੀ ਸਾਰੇ ਹਰ ਮੈਂਬਰ ਜਿਹੜਾ ਵੀ ਉੱਥੇ ਆਏਗਾ ਉਹਨੂੰ ਫ੍ਰੀ ਖਾਣਾ ਉੱਥੇ ਲੱਗਾ ਹੋਇਆ ਸਭ ਨੂੰ ਖਾਣ ਨੂੰ ਮਿਲੇਗਾ ਮੇਰਾ ਕਹਿਣ ਤੋਂ ਭਾਵ ਆ ਕਿ ਸਾਰੇ ਕੰਮ ਆ ਅਸੀਂ ਜਦੋਂ ਜਾਵਾਂਗੇ ਉੱਥੇ ਬਿਜ਼ਨਸ ਬੈਨੀਫਿਟ ਵੀ ਲਵਾਂਗੇ ਤਾਂ ਆਪਣਾ ਮਨੋਰੰਜਨ ਵੀ ਹੋਊਗਾ ਤੇ ਖਾਣਾ ਪੀਣਾ ਵੀ ਹੋਊਗਾ ਜਿਹੜਾ ਖਾਣਾ ਪੀਣਾ ਵੀ ਜਿਹੜਾ ਆ ਉਹ ਫ੍ਰੀ ਹੋਊਗਾ ਅਮਰਪਾਲ ਜੀ ਤੁਹਾਨੂੰ ਕੀ ਲੱਗਦਾ ਵੀ ਆਪਣੇ ਸਾਰੇ ਰਿਟੇਲਰ ਨੂੰ ਹਮਾ ਕੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਤੁਸੀਂ ਥੋੜਾ ਜਿਹਾ ਹੋਰ ਖੁੱਲ ਕੇ ਦੱਸੋ ਬਿਲਕੁਲ ਬਿਲਕੁਲ ਗੱਲੇ ਕੋਈ ਹਰਜੀਤ ਜੀ ਜਿੱਦਾਂ ਤੁਸੀਂ ਪਹਿਲਾਂ ਤਾਂ ਖਾਣ ਪੀਣ ਦੀ ਗੱਲ ਕੀਤੀ ਆ ਉਹ ਤੁਸੀਂ ਜਿੱਦਾਂ ਸਾਡੀ ਦੁੱਖ ਦੀ ਰਗ ਤੇ ਹੱਥ ਰੱਖ ਜਾਂਦੇ ਕਈ ਵਾਰੀ ਉਹ ਤੁਸੀਂ ਜਿੱਦਾਂ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਅਸੀਂ ਜ਼ਿਆਦਾ ਖਾਂਦੇ ਹਾਂ ਮੇਰਾ ਕਹਿਣ ਤੋਂ ਭਾਵ ਤਾਂ ਇਹ ਆ ਵੀ ਲੌਂਗ ਜਿਹੜਾ ਸ਼ੋਅ ਹੋਣਾ ਆ 1 ਵਜੇ ਤੋਂ ਜਾ ਕੇ ਤਾਂ ਆਪਾਂ ਸਰਦਿੰਦਰ ਸਰਤਾਜ ਉਹਨਾਂ ਦੇ 6 ਵਜੇ ਲੱਗਣਾ 9-8 ਘੰਟੇ ਦਾ ਜਿਹੜਾ ਆ ਉਹ ਡਿਫਰੈਂਸ ਹੋ ਜਾਣਾ ਇਸ ਕਰਕੇ ਮੈਂ ਪੁੱਛਿਆ ਵੀ ਕਿਸੇ ਨੂੰ ਬਰੀ ਕਰਨ ਦੀ ਲੋੜ ਨੀਗੀ ਬਈ ਆਪਾਂ ਜਿਹੜਾ ਸਾਰਿਆਂ ਨੂੰ ਦੱਸਦੀ ਹੈ ਵੀ ਜਿੱਥੇ ਅਸੀਂ ਚਲੇ ਗਏ ਖਾਣਾ ਸਾਡੇ ਨਾਲ ਚਲੇ ਜਾਂਦਾ ਇਹਨਾਂ ਨੇ ਪਹਿਲਾਂ ਹੀ ਪ੍ਰਬੰਧ ਕੀਤਾ ਹੋਰ ਵੀ ਖੁਸ਼ੀ ਦੀ ਗੱਲ ਆ ਸੋ ਹਰਜੀਤ ਜੀ ਮੈਂ ਇਹਨਾਂ ਦੇ ਸ਼ੋਆਂ ਤੇ ਕਾਫੀ ਟਾਈਮ ਤੋਂ ਜਾਂਦੇ ਆ ਬੇਸਿਕਲੀ ਜਦੋਂ ਤੋਂ ਸ਼ੁਰੂ ਹੋਇਆ ਆਪਕਾ ਨਾਲ ਜੁੜੇ ਆ ਕਿਉਂਕਿ ਅਸੀਂ ਆਪਣੇ ਕੰਮਾਂ ਚ ਵੀ ਬਿਜ਼ੀ ਆ ਉਨੀ ਇਨਵੋਲਵਮੈਂਟ ਨਹੀਂ ਦੇ ਹੋਈ ਜਿੰਨੀ ਇਹ ਸਾਡੇ ਤੋਂ ਕਈ ਵਾਰੀ ਰਿਸਪੈਕਟ ਕਰਦੇ ਆ ਜਾਂ ਚਾਹੁੰਦੇ ਆ ਪਰ ਇਹ ਇਹਨਾਂ ਨੇ ਕੰਟੀਨਿਊ ਉਹਨੂੰ ਕੀਪ ਅਪ ਰੱਖਿਆ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਪ੍ਰੋਮਿਸ ਕੀਤਾ ਸੀ ਮੈਨੂੰ ਲੱਗਦਾ ਉਸ ਤੋਂ ਵੀ ਜ਼ਿਆਦਾ ਵਧੀਆ ਕਿਉਂਕਿ ਸਮਾਂ ਅਮਰੀਕਾ ਆਪਣਾ ਸਮੇਂ ਸਭ ਤੋਂ ਔਖਾ ਕੱਢਣਾ ਸਮਾਂ ਆ ਕਿਸੇ ਨੂੰ ਚੈੱਕ ਲਿਖ ਕੇ ਦੇ ਦੇਣਾ ਇੱਕ ਵੱਖਰੀ ਗੱਲ ਆ ਤੁਸੀਂ ਆਪਣਾ ਸਮਾਂ ਦੇਣਾ ਉਹ ਇੱਕ ਵੱਖਰੀ ਗੱਲ ਆ ਸੋ ਆਪਕਾ ਦੇ ਜਿਹੜੇ ਬੋਰਡ ਮੈਂਬਰ ਆ ਉਹਨਾਂ ਦੀ ਓਵਰ ਐਂਡ ਓਵਰ ਮੀਟਿੰਗਸ ਹੁੰਦੀਆਂ ਸਾਰਾ ਪਤਾ ਈਮੇਲਸ ਮੈਨੂੰ ਵੀ ਆਉਂਦੀਆਂ ਇਹਨਾਂ ਦੇ ਮੈਸੇਜ ਵੀ ਆਉਂਦੇ ਸਾਡੇ ਤੇ ਨਹੀਂ ਪਹੁੰਚ ਹੁੰਦਾ ਸੋ ਅਸੀਂ ਇਹਨਾਂ ਦੇ ਜਿੱਦਾਂ ਕੋਈ ਮੈਂਬਰ ਨਹੀਂ ਹੈਗੇ ਅਸੀਂ ਵੀ ਇੱਕ ਰੀਟੇਲਰ ਵਾਂਗੂ ਇਹਨਾਂ ਦੇ ਨਾਲ ਭਾਜੀ ਹੋਣਾਂ ਨਾਲ ਜੁੜੇ ਆ ਇਹਨਾਂ ਨਾਲ ਪਿਆਰ ਆ ਸੋ ਪਰ ਉਹ ਜਿਹੜਾ ਬੈਨੀਫਿਟ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਇਸ ਤਰ੍ਹਾਂ ਆ ਜਿੱਦਾਂ ਮੈਂ ਪਹਿਲਾਂ ਆਪਾਂ ਡਿਸਕਸ਼ਨ ਕੀਤਾ ਸੀ ਉਹ ਕਈ ਵਾਰੀ ਕੀ ਹੁੰਦਾ ਜਿੱਦਾਂ ਬਹੁਤ ਸਾਰੇ ਰੀਟੇਲਰ ਬਹੁਤ ਨੌਲੇਜਬਲ ਆ ਮੈਂ ਸਰਪ੍ਰਾਈਜ਼ ਹੋ ਜਾਂਦਾ ਕਿ ਐਜ਼ ਅ ਅਸੀਂ ਖੁਦ ਡਿਫਰੈਂਟ ਡਿਫਰੈਂਟ ਬਿਜ਼ਨਸਸ ਕਰ ਰਹੇ ਹਾਂ ਪਰ ਜਿੱਦਾਂ ਕਹਿ ਲਓ ਵੀ ਨੌਲੇਜ ਸਾਂਝੀ ਕੀਤਿਆਂ ਵੱਧਦੀ ਆ ਉਹ ਰੀਟੇਲਰਸ ਇੰਨੇ ਐਕਸਪਰਟ ਰੀਟੇਲਰਸ ਤੁਹਾਨੂੰ ਉੱਥੇ ਮਿਲ ਜਾਂਦੇ ਆ ਜਿਹੜੇ ਕਿ ਤੁਸੀਂ ਸੋਚ ਨਹੀਂ ਸਕਦੇ ਉਹ ਤੁਹਾਨੂੰ ਕਨੈਕਟ ਕਰਾ ਦਿੰਦੇ ਜਿੱਥੇ ਤੁਸੀਂ ਕਨੈਕਟ ਹੋਣ ਲਈ ਸਰਚ ਕਰ ਰਹੇ ਹੁੰਦੇ ਆ ਉਹ ਤੁਹਾਨੂੰ ਡਾਇਰੈਕਟ ਕਨੈਕਟ ਕਰਾ ਦਿੰਦੇ ਆ ਸੋ ਇਹ ਇੱਕ ਬਹੁਤ ਵੱਡਾ ਰੀਟੇਲ ਦਾ ਮੈਂ ਬੈਨੀਫਿਟ ਪਰਸਨਲੀ ਦੇਖਿਆ ਆਪਕਾ ਦੇ ਵਿੱਚ ਦੂਸਰਾ ਤੁਸੀਂ ਪਰਸਨਲੀ ਜਿੱਦਾਂ ਤੁਸੀਂ ਮਿਲ ਸਕਦੇ ਜਿੱਦਾਂ ਭਾਜੀ ਹੁੰਦੀ ਨਹੀਂ ਦੱਸਦੇ ਹਟੇ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ PCS ਪੈਟਰੋ ਅਮਰੀਕਾ ਨੂੰ ਮਿਲਣਾ ਤੁਸੀਂ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ CEO ਬਹੁਤ ਟਾਈਮ ਉਹਨਾਂ ਦੇ ਉੱਥੇ ਘੁੰਮ ਰਹੇ ਹੁੰਦੇ ਆ ਤਾਂ ਤੁਸੀਂ ਸਿੱਧਾ
ਕਿਉਂਕਿ ਜਿਹੜੀ ਉਹਨਾਂ ਦੇ ਆਪਣੇ ਦੂਸਰੇ ਹਰਜੀਤ ਜੀ ਹੁੰਦੇ ਆ ਥੱਲੇ ਸੇਲਸ ਪਰਸਨ ਆ ਉਹਨਾਂ ਕੋਲ ਉਹ 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 ਨੌਲੇਜ ਨਹੀਂ ਹੁੰਦੀ ਜਾਂ ਤੁਹਾਡੇ ਤੱਕ ਡਿਲੀਵਰ ਨਹੀਂ ਕਰ ਰਹੀ ਹੁੰਦੀ ਇਹ ਇੱਕ ਬਹੁਤ ਵੱਡਾ ਬੈਨੀਫਿਟ ਹੈ ਕਿ ਤੁਸੀਂ ਗੱਲ ਇਹ ਹਾਇਰ ਲੈਵਲ ਦੇ ਆਫਿਸ ਨੂੰ ਮਿਲ ਸਕਦੇ ਪੂਰਾ ਨੈਟਵਰਕਿੰਗ ਕਰਨ ਦਾ ਮੌਕਾ ਮਿਲਦਾ ਕਈ ਵਾਰੀ ਅਸੀਂ ਸੇਲਸਮੈਨ ਨੂੰ ਲਾਈਕ ਨਹੀਂ ਕਰਦੇ ਹੁੰਦੇ ਜਾਂ ਸਾਨੂੰ ਨਹੀਂ ਲਾਈਕ ਕਰਦਾ ਹੁੰਦਾ ਅਸੀਂ ਉਹਦੀ ਕੰਪਲੇਂਟ ਕਰਨੀ ਹੁੰਦੀ ਉੱਥੇ ਸਾਰੇ ਉਹਨਾਂ ਦੇ ਬੌਸ ਵੀ ਪਹੁੰਚੇ ਹੋਣੇ ਆ ਬਿਲਕੁਲ ਸਾਰੇ ਪਹੁੰਚੇ ਹਾਂਜੀ ਮਨੋਰੰਜਨ ਇੰਜੋਏ ਕਰੋ ਤੇ ਆਪਣੇ ਇਸ ਸ਼ੋ ਦੀ ਸ਼ੋਭਾ ਬੜਾ ਸਫਲਤਾ ਦੀ ਮੈਨੂੰ ਲੱਗਦਾ ਹੈ ਵੀ ਇਹ ਵੀਡੀਓ ਦੇਖ ਕੇ ਰਿਟੇਲਰ ਜਿਹੜੇ ਹਮ ਹਮ ਅੱਗੇ ਪਹੁੰਚਣਗੇ ਮੈਂ ਵੀ ਸਾਰਿਆਂ ਨੂੰ ਜਿਹੜਾ ਬੇਨਤੀ ਕਰਦਾ ਬਈ ਅਗਰ ਤੁਹਾਡੇ ਕੋਲ ਇੰਪਲਾਈ ਨਹੀਂ ਹੈਗਾ ਇੱਕ ਦਿਨ ਲਈ ਐਕਸਟਰਾ ਓਵਰ ਟਾਈਮ ਦੇ ਦਿਓ ਕੋਈ ਗੱਲ ਨਹੀਂ ਉਹਦੇ ਨਾਲ ਜ਼ਿਆਦਾ ਬੈਨੀਫਿਟ ਆਪਾਂ ਨੂੰ ਇਸ ਰੀਟੇਲ ਸ਼ੋਅ ਵਿੱਚ ਮਿਲ ਜਾਣਾ ਹਾਂਜੀ ਹੁਣ ਮੇਰੇ ਵੱਲੋਂ ਅਮਰਪਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਰੈਫਰ ਕਰਦੇ ਹਾਂ ਔਰ ਨੈਕਸਟ ਵੀਡੀਓ ਵਿੱਚ ਫੇਰ ਮਿਲਾਂਗੇ ਹਾਂਜੀ ਥੈਂਕ ਯੂ ਬਿਲਕੁਲ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ